ਕਿਸਾਨਾਂ ਦਾ ਇੱਕ ਜਿੰਦਾਬਾਦ ਕਿਸਾਨਾਂ ਦਾ ਇੱਕ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਕਾਲੇ ਕਾਨੂੰਨ ਵਾਪਸ ਲਓ ਕਾਲੇ ਕਾਨੂੰਨ ਵਾਪਸ ਲਓ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ वेलकम टू खन्ना न्यूज़ लाइव। तीन खेती काले कानूनों नू रद्द करवाउन लई 31 किसान जथेबंदियां दे सद्दे ते समराला विखे रेलवे ट्रैक ते दित्ता जा रहा धरना तीजे दिन विच शामिल हो गया। इस धरने नू संबोधन करदिया किसान आगुआ परमिंदर सिंह पालमाजरा जनरल सकत्तर अवतार सिंह मेलो सीनियर मीत प्रधान भारतीय किसान यूनियन जथेदार सुखवंत सिंह टिल्लू जसमेर सिंह बोंदली साबका मैंबर जिला परिषद बूटा सिंह रायपुर साबका मैंबर जिला परिषद अते होर किसान वख-वख जथेबंदियां शामिल सन। जोगिंदर सिंह सेह ने कहा कि अज पंजाब भर विच वख-वख जथेबंदियां वल्लों रेलवे स्टेशनां अते सड़कां ते पंजाब दा किसान अपने परिवारां समेत धरने दे रहा है, परंतु भारतीय जनता पार्टी की अगवाई वाली केंद्र की मोदी सरकार इन्हां धरनियां वल कोई भी ध्यान नहीं दे रही, जिस नाल किसानां आड़तियां अते हर वर्ग का गुस्सा दिन ब दिन वधदा जा रहा है। उन्हां कहा कि जेकर प्रधानमंत्री नरेंद्र मोदी ने आप किसानां नाल गल नहीं कीती तां इह संघर्ष आने वाले दिनों विच होर भी तिखा रूप धार लेवेगा। उन्हां कहा कि जथेबंदियां वल्लों अणमिथे समय लई रेलवे पटड़ियां उपर धरने निरंतर जारी रहणगे। किसान आगू अवतार सिंह मेहलो अते परमिंदर सिंह पालमाजरा ने कहा कि 7 अक्तूबर नूं पंजाब दियां समूह किसान जथेबंदियां वल्लों मीटिंग विच अगले संघर्ष की रूपरेखा तैयार की जाएगी। मेरा नाम सुखवंत सिंह टिल्लू है। हाँ जी, जब तुम रेलवे स्टेशन से लाया था नारा किस वास्ते लाया जी? ਇਹਦਾ ਤਾਂ ਤੁਹਾਨੂੰ ਸਾਡੇ ਨਾਲ ਜ਼ਿਆਦਾ ਪਤਾ ਕਿਉਂਕਿ ਤੁਸੀਂ ਮੀਡੀਆ ਨੂੰ ਕਵਰ ਕਰਦੇ ਹੋ, ਇਸ ਕਰਕੇ ਅਸੀਂ ਜਿਹੜਾ ਮੈਂ ਪਹਿਲਾਂ ਕਿਸਾਨ ਬਾਅਦ ਵਿੱਚ ਸਾਰਾ ਕੁਛ ਹੈ ਜੋ ਵੀ ਕੁਛ ਹੈਗਾ ਪਹਿਲਾਂ ਕਿਸਾਨ ਆ। ਕਿਸਾਨ ਹੋਣ ਦੇ ਨਾਤੇ ਜਿੰਨੀਆਂ ਕਿਸਾਨ ਯੂਨੀਅਨ ਆ, ਜੋ ਕਿਸਾਨ ਯੂਨੀਅਨ ਦੇ ਹੁਕਮ ਹੈ, ਜੋ ਕਿਸਾਨ ਯੂਨੀਅਨ ਨੇ ਏਜੰਡਾ ਚੱਕਿਆ, ਇਹ ਜਿੱਥੇ ਤੱਕ ਵੀ ਇਹਨਾਂ ਦਾ ਜੋ ਪ੍ਰੋਗਰਾਮ ਹੋਊਗਾ, ਨੌਜਵਾਨ ਇਸਤਰੀਆਂ ਬੱਚੇ ਹਰ ਵਰਗ दुकानदार आड़तिया जो भी कुछ हैगा असी पूरा साथ देवांगे। और जिथे एक पहला किसान यूनियन सानू हुक्म करूगी भी थोड़ी आ ड्यूटी आ, असी आपदी ड्यूटी च भी नहीं कताही करांगे और आपदा जिहड़ा वचन आ उहनू भी पूरा करन दे समर्थ रखांगे। सो इस करके ये जिहड़ा हैगा ये जो सरकार ने मोदी सरकार ने बनाया कानून 3 बनाए ने ये बहुत गलत बनाया हैगा। इहदे नाल हुण नहीं असर होना, ਆਉਣ ਵਾਲੀਆਂ ਸਾਡੀਆਂ ਨਸਲਾਂ ਇਹਦੇ ਵਿੱਚ ਤਬਾਹ ਹੋ ਜਾਣਗੀਆਂ। ਅੱਜ ਇਸ ਨੂੰ ਜੇ ਨਹੀਂ ਨੱਥ ਪਾਏਗੀ, ਅੱਜ ਅਸੀਂ ਹੁਣ ਇਹਦਾ ਜਿਹੜਾ ਸਾਨੂੰ ਰੋਜ਼ ਦੀ ਰੋਜ਼ ਆ ਜਿਹੜਾ ਲੋਕਾਂ 'ਚ ਸਿੰਗਰ ਹੋਏ ਹਰ ਵਰਗ, ਮੈਂ ਕਿਹਦਾ ਕਿਹਦਾ ਨਾਂ ਲਵਾਂ, ਹਰ ਵਰਗ ਸਾਥ ਦੇ ਰਿਹਾ ਅਤੇ ਦਊਗਾ ਵੀ। ਅਤੇ ਕਿਉਂਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਸਾਰਾ ਕੁਛ ਕਿਸਾਨੀ 'ਤੇ ਨਿਰਭਰ ਆ। 25 ਤੋਂ 50 ਹਜ਼ਾਰ ਕਰੋੜ ਰੁਪਈਏ ਦੀ ਸਾਡੀ ਫਸਲ ਇੱਕ ਸੀਜ਼ਨ ਦੀ ਆਉਂਦੀ ਆ, ਇਹਦੇ ਨਾਲ ਮਾਰਕੀਟ 'ਚ ਪੈਸਾ ਆਉਂਦਾ, ਇਹ ਮਾਰਕੀਟ ਫਿਰ ਮਾਰਕੀਟ ਦੇ ਵਿੱਚ ਸਰਕੂਲਰ ਹੁੰਦਾ, ਸਰਕੂਲਰ ਹੋਣ ਦੇ ਵਿੱਚ ਇਹਦੇ ਨਾਲ ਹੀ ਵਿਆਹ ਸ਼ਾਦੀਆਂ ਹੁੰਦੀਆਂ, ਇਹਦੇ ਨਾਲ ਹੀ ਘਰ ਬਣਦੇ ਆ, ਇਹਦੇ ਨਾਲ ਹੀ ਸਾਰਾ ਕੁਝ ਚੱਲਦਾ। ਇੱਕ ਕਿਸਾਨ ਹੀ ਇਹੋ ਜਿਹੀ ਚੀਜ਼ ਆ ਜਿਹੜੀ ਕਿ ਸਾਰਿਆਂ ਦੇ ਮੂੰਹ ਦੇ ਵਿੱਚ ਬੁਰਕੀ ਪਾਉਂਦੀ ਆ। ਤਾਂ ਲੋਕਡਾਊਨ ਦੇ ਵਿੱਚ ਤੁਸੀਂ ਪਿੱਛੇ ਜੇ ਦੇਖਿਆ ਸਾਰਿਆਂ ਨੇ ਹੱਥ ਖੜੇ ਕਰਤੇ, ਸਾਰਿਆਂ ਨੇ। ਇੱਕ ਕਿਸਾਨ ਆ ਜਿਹਨੇ ਚੌਲ ਅਤੇ ਦਾਲ, ਲੱਖਾਂ ਬੰਦਾ ਬਿਹਾਰ ਅਤੇ ਯੂਪੀ ਦਾ, ਅੱਜ ਵੀ ਤੁਸੀਂ ਜਾ ਕੇ ਉੱਥੇ ਪੁੱਛ ਸਕਦੇ ਹੋ ਕਿ ਜਿਹੜਾ ਇੱਕ ਦਿਨ ਇੱਕ ਰਾਤ ਸਰਕਾਰਾਂ ਦੇ ਵੀ ਹੱਥ ਖੜੇ ਹੋ ਗਏ ਸੀ, ਪਰ ਕਿਸੇ ਕਿਸਾਨ ਨੇ ਦਾਲ ਅਤੇ ਚੌਲ ਅਤੇ ਰੋਟੀ ਤੋਂ ਬਿਨਾਂ ਭੁੱਖਾ ਨਹੀਂ ਸੌਣ ਦਿੱਤਾ ਕਿਸੇ ਨੂੰ। ਸੋ ਇਸ ਕਰਕੇ ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਹਾਂ ਵੀ ਇਹ ਕਿਸਾਨਾਂ ਦਾ ਜਿਹੜਾ ਹੱਕ ਆ ਇਹ ਸੱਚੀ ਲੜਾਈ ਆ, ਇਹ ਹਜੇ ਬਹੁਤ ਦੂਰ ਤੱਕ ਚਲੇ ਜਾਣੀ, ਸ਼ਾਇਦ ਸਰਕਾਰਾਂ ਨੂੰ ਕਈ ਵਾਰੀ ਹੁੰਦਾ ਵੀ ਬਹੁਤ ਨੇੜੇ ਜਾ ਕੇ ਖਤਮ ਹੋ ਜਾਣਾ, ਇਹ ਤਾਂ ਹਜੇ ਸ਼ੁਰੂਆਤ ਆ, ਐਂਡ ਪਤਾ ਨਹੀਂ ਕਿੱਥੇ ਹੋਊ, ਕਿਵੇਂ ਹੋਊ, ਕਿਵੇਂ ਨਹੀਂ ਹੋਊ। ਸੋ ਸਾਡੀ ਤਾਂ ਇਹੀ ਬੇਨਤੀ ਹੈ ਵੀ ਸਰਕਾਰ ਇਹਦਾ ਫੈਸਲਾ ਛੇਤੀ ਤੋਂ ਛੇਤੀ ਕਰੇ ਅਤੇ ਕਿਸਾਨਾਂ ਦੇ ਹੱਕ 'ਚ ਕਰੇ। ਮੈਂ ਹਰਦੀਪ ਸਿੰਘ ਕੰਗ, ਪਿੰਡ ਭਰਥਲਾ ਜੀ। ਮੈਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਵੀ ਜਿਹੜੀ ਸਾਡੀ ਕਿਸਾਨਾਂ ਦੀ ਆਵਾਜ਼ ਉਹ ਆਮ ਆਵਾਮ ਤੱਕ ਪਹੁੰਚਾ ਰਹੇ ਨੇ ਵੀ ਕਿਸਾਨ ਦੁਖੀ ਨੇ, ਸਾਨੂੰ ਧਰਨੇ ਲਾਉਣੇ ਪਏ, ਹੁਣ ਲਾਈਨਾਂ 'ਤੇ ਆ ਗਏ ਅਸੀਂ। ਜੋ ਮੋਦੀ ਸਰਕਾਰ ਨੇ ਸਾਡੇ 'ਤੇ ਕਾਲੇ ਕਾਨੂੰਨ ਬਣਾਏ ਨੇ, ਜਿਵੇਂ ਸਾਡੇ ਇਕੱਤੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਦੇ ਅਸੀਂ ਮਗਰ ਹਾਂ, ਉਹਨਾਂ ਨੇ ਸਾਨੂੰ ਇਹ ਸੁਨੇਹਾ ਦਿੱਤਾ ਵੀ ਜਦੋਂ ਤੱਕ ਉਹ ਸਾਨੂੰ ਕੋਈ ਹੋਰ
ਗੱਲਬਾਤ ਕਰਨ ਵਾਸਤੇ ਜਾਂ ਐਡੀਟ ਕਰਨ ਵਾਸਤੇ ਨਹੀਂ ਕਹਿੰਦੇ ਸੀ, ਉਦੋਂ ਤੱਕ ਇੱਥੇ ਧਰਨਾ ਲਾਵਾਂਗੇ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਸਾਡੀ ਕੋਈ ਮੰਗ ਨਹੀਂ। ਸਾਡੀ ਮੰਗ ਇੱਕੋ ਮੰਗ ਸੀ ਇਸ ਟਾਈਮ, ਸਵਾਮੀਨਾਥਨ ਰਿਪੋਰਟ। ਜੇ ਸਵਾਮੀਨਾਥਨ ਰਿਪੋਰਟ ਲਾਗੂ ਹੋ ਜਾਂਦੀ ਆ ਤਾਂ ਸਾਡਾ ਕਿਸਾਨ ਖੁਸ਼ਹਾਲ ਹੈ। ਜੇ ਕਾਲੇ ਕਾਨੂੰਨ ਇਹ ਬਣ ਜਾਂਦੇ ਨੇ ਤਾਂ ਜਿੱਥੇ ਕਿਸਾਨੀ ਡੁੱਬਦੀ ਆ, ਨਾਲ ਨਾਲ ਦੁਕਾਨਦਾਰ ਵੀਰ, ਇਹ ਸਾਰਿਆਂ ਨੂੰ, ਆੜ੍ਹਤੀ ਵੀਰ ਜਾਂ ਮਜ਼ਦੂਰ ਵੀਰ, ਇਹ ਸਾਰਿਆਂ ਨੂੰ ਆਪਣਾ ਬਹੁਤ ਵੱਡਾ ਘਾਟਾ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਕਾਲੇ ਕਾਨੂੰਨ ਰੱਦ ਕਰੇ ਅਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੇ ਜਿਹਦੇ ਨਾਲ ਕਿਸਾਨ ਖੁਸ਼ਹਾਲ ਹੋਵੇ। ਜੇ ਜਦ ਤੱਕ ਕਿਸਾਨ ਇਹ ਕਾਨੂੰਨ ਖੇਤੀ ਆਰਡੀਨੈਂਸ ਜੋ ਉਹਨਾਂ ਨੇ ਕਾਨੂੰਨ ਬਣਾਏ ਨੇ ਉਹ ਰੱਦ ਨਹੀਂ ਕਰਦੀ, ਅਸੀਂ ਉਦੋਂ ਤੱਕ ਅਸੀਂ ਇਹ ਅਣਮਿੱਥੇ ਸਮੇਂ ਲਈ ਰੇਲਾਂ 'ਤੇ ਬੈਠਾਂਗੇ ਸਮੇਤ ਪਰਿਵਾਰ। ਕੀ ਨਾਂ ਜੀ ਸਰਦਾਰ ਜੀ? ਮੈਂ ਅਵਤਾਰ ਸਿੰਘ ਮੇਲੋਂ, ਵਾਈਸ ਪ੍ਰੈਜੀਡੈਂਟ ਪੰਜਾਬ ਭਾਰਤੀ ਕਿਸਾਨ ਯੂਨੀਅਨ ਲਖਪਾਲ। ਅੱਛਾ, ਜੋ ਤੁਸੀਂ ਰੇਲਵੇ ਸਟੇਸ਼ਨ 'ਤੇ ਲਾਇਆ ਆਪਣਾ ਧਰਨਾ, ਲਾਇਆ ਕਿਸ ਵਾਸਤੇ ਲਾਇਆ ਜੀ? ਇਹ ਸਾਡਾ ਧਰਨਾ 1 ਤਰੀਕ ਤੋਂ ਰੇਲਵੇ ਸਟੇਸ਼ਨ 'ਤੇ ਲਾਇਆ, ਪਰ ਜਿਹੜਾ ਸਾਡਾ ਮੋਰਚਾ ਉਹ ਪਹਿਲਾਂ ਤੋਂ ਚੱਲਦਾ। ਪਹਿਲਾਂ ਅਸੀਂ ਡੀਸੀਆਂ ਨੂੰ ਮੈਮੋਰੈਂਡਮ ਨੂੰ ਦਿੱਤੇ, ਫਿਰ ਗਵਰਨਰ ਨੂੰ ਦਿੱਤੇ, ਫਿਰ ਸੈਂਟਰ ਨੂੰ ਭੇਜੇ ਲਿਖ ਕੇ, ਫਿਰ ਅਸੀਂ ਹਾਰ ਕੇ ਧਰਨੇ ਸ਼ੁਰੂ ਕੀਤੇ ਨੇ। ਇਸ ਕਰਕੇ ਜਿਹੜਾ ਕਾਲਾ ਕਾਨੂੰਨ ਇਹਨੇ ਕਿਸਾਨਾਂ ਲਈ ਬਣਾਇਆ ਇਹ ਸਾਡੀ ਮੌਤ ਦੇ ਬਰੰਟ ਨੇ। ਜੇ ਕਾਨੂੰਨ ਲਾਗੂ ਹੁੰਦੇ ਆ ਤਾਂ ਕਿਸਾਨ ਤਾਂ ਬਿਲਕੁਲ ਹੀ ਮਾਰਿਆ ਜਾਣਾ, ਕਿਉਂਕਿ ਇੱਥੇ ਵੱਡੇ ਵੱਡੇ ਘਰਾਣਿਆਂ ਨੇ ਇੱਥੇ ਆ ਜਾਣਾ, ਸਾਡੀਆਂ ਜ਼ਮੀਨਾਂ ਵੀ ਲੈਣੀਆਂ, ਸਾਡੀ ਕਣਕ ਦੇ ਭਾਵ ਨਹੀਂ ਮਿਲਣੇ ਨਾ ਝੋਨੇ ਦੇ ਭਾਵ ਮਿਲਣੇ ਆ। ਇਸ ਕਰਕੇ ਅਸੀਂ ਇਹ ਧਰਨਾ ਸਰਕਾਰ ਨੂੰ ਸੂਚਿਤ ਕਰਨ ਆਏ ਹਾਂ ਵੀ ਸਾਡੇ ਜਿਹੜੇ ਬਿੱਲ ਆ ਇਹਨੂੰ ਵਾਪਸ ਕਰੋ। ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਸਾਡੀਆਂ 31 ਜਥੇਬੰਦੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸੀਗੀਆਂ, ਉਹ ਸਾਰੀਆਂ ਇਕੱਠੀਆਂ ਹੋ ਗਈਆਂ ਨੇ, ਇਕੱਠੀਆਂ ਹੋ ਕੇ ਸੰਘਰਸ਼ ਵਿੱਢਿਆ। ਜੇ ਸਰਕਾਰ ਨੇ ਹਾਲੇ ਵੀ ਗੱਲ ਨਾ ਸੁਣੀ, ਸਾਡੀ ਹੁਣ 7 ਤਰੀਕ ਨੂੰ ਮੀਟਿੰਗ ਆ, 7 ਤਰੀਕ ਅਸਲਾ ਫੈਸਲਾ ਲਵਾਂਗੇ। ਹੁਣ ਜਿਹੜਾ ਅਸੀਂ ਸਾਰੇ ਜਿਹੜੀਆਂ ਮੀਟਿੰਗਾਂ ਪਹਿਲੀ ਤੋਂ ਹੋਈਆਂ ਨੇ ਉਹਦੇ 'ਚ ਫੈਸਲਾ ਲਿਆ, ਜਿਹਨੇ ਆਪਣੇ ਵੱਡੇ ਵੱਡੇ ਘਰਾਣੇ ਨੇ, ਮਾਲ ਨੇ ਵੱਡੇ ਵੱਡੇ, ਜਿਹਨੇ ਰਸਾਈ ਪੰਪ ਆ ਜਾਂ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਇਹਨਾਂ ਦੇ ਮਾਲ ਬਣੇ ਹੋਏ ਨੇ ਉਹ ਸਾਰੇ ਅਸੀਂ ਬੰਦ ਕਰ ਰਹੇ ਹਾਂ। ਉਹਨਾਂ ਨੂੰ ਪੂਰੇ ਧਰਨੇ ਦੇ ਰਹੇ ਨੇ, ਉਹਨਾਂ ਦਾ ਮਾਲ ਨਹੀਂ ਵਿਕਰ ਦੇਣਾ ਅਸੀਂ ਕਿਸੇ ਕੀਮਤ 'ਤੇ ਵੀ, ਕਿਉਂਕਿ ਜੇ ਅੱਗੇ ਇੱਕੋ ਈਸਟ ਇੰਡੀਆ ਆਈ ਸੀ, ਹੁਣ ਤਾਂ ਪਤਾ ਨਹੀਂ ਕਿੰਨੀਆਂ ਕੰਪਨੀ ਆ ਜਾਣਾ। ਇਹ ਆਪਣਾ ਦੇਸ਼ ਮੋਦੀ ਜਿਹੜਾ ਇਹ ਅਮਰੀਕਾ ਥੱਲੇ ਵਿਕ ਚੁੱਕਿਆ, ਇਹ ਅਮਰੀਕਾ ਥਿਊਰੀ 'ਤੇ ਚੱਲਦਾ ਵੀ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਜਿੰਨਾ ਇਹ ਪ੍ਰਾਈਵੇਟ ਮਾਲ ਦੇਣਾ ਪ੍ਰਾਈਵੇਟ ਦੇ ਰਿਹਾ, ਰੇਲਵੇ ਦੇ ਰਿਹਾ, ਜਹਾਜ਼ ਦੇ ਰਿਹਾ, ਹੋਰ ਜਿੰਨੀਆਂ ਵੀ ਇਹ ਸਰਕਾਰੀ ਅੰਡਰ ਨੇ ਉਹ ਪ੍ਰਾਈਵੇਟ ਦੇਣ ਨੂੰ ਤਿਆਰ ਬੈਠਾ, ਅਤੇ ਇਹ ਮੋਦੀ ਹੋਣੀ ਅਤੇ ਅੰਬਾਨੀ ਅਤੇ ਅਦਾਨੀ ਸਾਹਿਬ ਇਹ ਖਰੀਦਣ ਬੈਠੇ ਨੇ। ਪਰ ਅਸੀਂ ਕਿਸੇ ਕੀਮਤ 'ਤੇ ਵੀ ਅਸੀਂ ਸਾਡੀ ਮੰਗ ਕੀ ਆ, ਸਾਡੀ ਇੱਕ ਮੰਗ ਵੀ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਨੇ ਜੇ ਨਹੀਂ ਵਾਪਸ ਕਰਨੇ, ਇੱਕ ਲਾਈਨ ਪਾ ਦੇ ਵਿੱਚ ਵੀ ਜਿਹੜੀ ਮੈਕਸੀਮਮ ਪ੍ਰਾਈਜ਼ ਆ, ਘੱਟੋ ਘੱਟ ਜਿਹੜੀ ਕੀਮਤ ਆ ਸਾਡੀ ਫਸਲ ਦੀ, ਉਦੋਂ ਘੱਟ ਨਹੀਂ ਵਿਕੂਗੀ। ਜੇ ਕੋਈ ਘੱਟ ਲੈਂਦਾ ਤਾਂ ਉਹ ਗੌਰਮੈਂਟ ਉਹਦੇ ਕੇਸ ਕਰੇ ਅਤੇ ਉਹਨੂੰ ਜੁਰਮਾਨਾ ਕਰੇ, ਉਹ ਘੱਟ ਨਹੀਂ ਖਰੀਦ ਸਕਦਾ, ਵੱਧ ਜਿੰਨੇ ਮਰਜ਼ੀ ਖਰੀਦ ਲਵੇ। ਇਹ ਖੁੱਲ੍ਹੀ ਮੰਡੀ ਦੀ ਗੱਲ ਕਰਦੇ ਹਾਂ, ਖੁੱਲ੍ਹੀ ਮੰਡੀ ਤਾਂ ਹੁਣ ਵੀ ਖੁੱਲ੍ਹੀ ਮੰਡੀ ਆ, ਸਾਡੇ ਆਲੂ ਦਿੱਲੀ ਜਾਂਦੇ ਨੇ, ਸਾਡੀ ਮੱਕੀ ਸਾਡੇ ਬਾਹਰੋਂ ਆਉਂਦੀ ਆ, ਸਾਡੀਆਂ ਕਣਕਾਂ ਮੱਕੀ ਵੀ ਬਾਹਰ ਜਾਂਦੀਆਂ, ਆਲੂ ਵੀ ਬਾਹਰ ਜਾਂਦੇ, ਸਬਜ਼ੀਆਂ ਬਾਹਰੋਂ ਆਉਂਦੀਆਂ ਨੇ। ਹੁਣ ਕੀ ਹੋਇਆ, ਹੁਣ ਵੀ ਤਾਂ ਖੁੱਲ੍ਹੇ ਹੀ ਆ ਕੰਮ। ਇਹ ਤਾਂ ਐਵੇਂ ਇੱਕ ਦਿਖਾਵਾ ਕੀਤਾ ਲੋਕਾਂ ਨੂੰ ਬੁੱਧੂ ਬਣਾਉਣ ਲਈ। ਇਹ ਕਹਿੰਦੇ ਕੀ ਨੇ ਭਾਜਪਾ ਵਾਲੇ, ਅਸੀਂ ਭਾਜਪਾ ਵੀ ਪਿੰਡਾਂ 'ਚੋਂ ਬਣਨੇ ਬੰਦ ਕਰਤੇ ਨੇ, ਪਰ ਜਿੰਨੇ ਐਮ ਪੀ ਆ ਜਾਂ ਐਮ ਐਲ ਏ ਆ ਜਾਂ ਸੀਨੀਅਰ ਲੀਡਰ ਆ ਉਹਨਾਂ ਘਰ ਸਾਡੇ ਧਰਨੇ ਚੱਲਦੇ ਨੇ, ਕਿਉਂਕਿ ਕਾਲਾ ਬਿੱਲ ਭਾਜਪਾ ਨੇ ਲਿਆਂਦਾ। ਭਾਵਾਂ ਅਕਾਲੀ ਦਲ ਵਿੱਚ ਸੀਗਾ ਉਦੋਂ, ਚੱਲ ਹੁਣ ਛੱਡ ਕੇ ਆ ਗਿਆ, ਦੇਰ ਆਏ ਦਰੁਸਤ ਆਏ ਕੋਈ ਗੱਲ ਨਹੀਂ, ਸਾਡੇ ਨਾਲ ਚੱਲੂਗਾ, ਨਹੀਂ ਚੱਲੇ ਕੋਈ ਗੱਲ ਨਹੀਂ, ਜਥੇਬੰਦੀਆਂ ਇਕੱਠੇ ਹੋ ਕੇ ਲੜਨਗੀਆਂ, ਇਹ ਬਿੱਲ ਕਾਲਾ ਕਾਨੂੰਨ ਆ ਜਿਹੜਾ ਵਾਪਸ ਕਰਾ ਕੇ ਲਾਂਗੇ। ਇੱਕੋ ਮੰਗ ਅਸੀਂ ਲੈਣ ਪਾਉਣ ਨੂੰ ਚਾਹੁੰਦੇ ਹਾਂ, ਪਰ ਹੁਣ ਵਾਰ ਵਾਰ ਸੁਨੇਹੇ ਆ ਜਾਂਦੇ ਨੇ ਵੀ ਸਾਡੇ ਨਾਲ ਗੱਲ ਕਰੋ। ਅਸੀਂ ਪ੍ਰਧਾਨ ਮੰਤਰੀ ਤੋਂ ਕਿਸੇ ਨਾਲ ਗੱਲ ਕਰਨ ਨੂੰ ਬਿਲਕੁਲ ਤਿਆਰ ਨਹੀਂ, ਅਸੀਂ ਗੱਲ ਕਰਨੀ ਤਾਂ ਉਹਦੇ ਨਾਲ ਕਰਨੀ ਆ, ਕਿਉਂਕਿ ਇਹ ਜਿਹੜੇ ਜਿੰਨੇ ਮਿਨਿਸਟਰ ਨੇ ਸਾਡੇ ਨਾਲ ਕਈ ਵਾਰੀ ਕਰਕੇ ਮੁੱਕਰੇ ਨੇ, ਰਾਮਨਾਥ ਸਾਡੇ ਨਾਲ ਮੁੱਕਰਿਆ, ਹੁਣ ਮਿਨਿਸਟਰ ਨਾਲ ਗੱਲ ਹੋ ਚੁੱਕੀ ਆ, ਉਹ ਮੁੱਕਰ ਗਏ ਨੇ, ਹੁਣ ਕਹਿੰਦੇ ਸਾਡੇ ਨਾਲ ਇਹਨਾਂ ਨਾਲ ਗੱਲ ਕਾਹਦੀ ਕਰਨੀ ਆ, ਕੰਮ ਤਾਂ ਮੋਦੀ ਦਾ ਕਰਨਾ। ਇਸ ਕਰਕੇ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ, ਅਸੀਂ ਸੱਦੇ ਪੱਤੇ ਤੋਂ ਨਹੀਂ ਪਾਈਦੇ। ਮੇਰਾ ਨਾਮ ਬਿਪਿੰਦਰ ਜੀ ਰਤਨੇ। ਅੱਛਾ, ਜੋ ਇੱਥੇ ਸਟੇਸ਼ਨ ਦੇ ਉੱਪਰ ਧਰਨਾ ਲਾਇਆ ਕਿਸ ਵਾਸਤੇ ਲਾਇਆ ਜੀ?
ਕਿ ਜੋ ਸਾਡੀ ਸਰਕਾਰ ਨੇ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਕਰਨੇ ਲਾਇਆ ਕਿਉਂਕਿ ਸਾਡੇ ਗਰੀਬ ਮਜ਼ਦੂਰ ਕਿਸਾਨ ਵੀ ਸਾਡੇ ਸੜਕਾਂ 'ਤੇ ਆ ਗਏ ਇਹਨਾਂ ਨੇ ਜੋ ਆਰਡੀਨੈਂਸ ਜਾਰੀ ਕੀਤੇ ਨੇ ਉਹ ਸਾਡੇ ਹੱਕਾਂ 'ਚ ਨਹੀਂ ਗਏ ਸਾਡੇ ਹੱਕਾਂ ਦੇ ਉਲਟ ਨੇ ਅਸੀਂ ਸਾਰੀਆਂ ਬੀਬੀਆਂ ਸਾਰੇ ਵੀਰ ਇਕੱਠੇ ਹੋ ਕੇ ਵੱਧ ਤੋਂ ਵੱਧ ਧਰਨੇ ਲਾਵਾਂਗੇ ਅਸੀਂ ਆਪਣੇ ਪਰਿਵਾਰਾਂ ਸਮੇਤ ਕੱਲ੍ਹ ਨੂੰ ਅਸੀਂ ਆਪਣੇ ਬੱਚਿਆਂ ਸਮੇਤ ਵੀ ਇੱਥੇ ਆ ਕੇ ਬਹਿ ਸਕਦੇ ਹਾਂ ਜੇ ਮੋਦੀ ਨੇ ਤੁਹਾਡਾ ਪਾਸ ਬਿੱਲ ਨਾ ਕੀਤਾ ਹਾ ਨਾ ਮੰਨਿਆ ਫਿਰ ਤੁਸੀਂ ਕੀ ਕਰੇਗੇ ਅਸੀਂ ਆਪਣੇ ਸਾਰੇ ਬੱਚੇ ਲੈ ਕੇ ਸਾਰੀਆਂ ਬੀਬੀਆਂ ਭੈਣਾਂ ਇਕੱਠੀਆਂ ਹੋ ਕੇ ਇੱਥੇ ਸੜਕਾਂ 'ਤੇ ਰੁਲਾਂਗੇ ਜੇਲ੍ਹਾਂ ਵੀ ਭਰਾਂਗੇ ਸਮਰਾਲਾ ਤੋਂ ਭੂਸ਼ਣ ਬੰਸਲ ਦੀ ਖਾਸ ਰਿਪੋਰਟ